ਵੈਲਕਮ ਬੈਕ ਮੈਂ ਮਨਵੀਰ ਕੌਰ ਅੱਜ ਦੀ ਵੀਡੀਓ ਰਿਪੋਰਟ ਪੰਜਾਬ ਦੀ ਇਕਨੋਮੀ ਪੰਜਾਬ ਦੀ ਕਮਾਈ ਦੇ ਨਾਲ ਜੁੜੀ ਹੋਈ ਬਹੁਤ ਇੰਪੋਰਟੈਂਟ ਖਬਰ ਹੈ ਕੈਗ ਕੈਗ ਇੱਕ ਸੀ ਏ ਜੀ ਕੈਗ ਇੱਕ ਇਹੋ ਜਿਹਾ ਅਦਾਰਾ ਹੈ ਜਿਹੜਾ ਸਮੇਂ ਤੋਂ ਸਮੇਂ ਸਰਕਾਰ ਦੇ ਯੂਨਿਟ ਜਿਹੜੇ ਨੇ ਅਦਾਰੇ ਜਿਹੜੇ ਨੇ ਉਹਨਾਂ ਦੇ ਵਿੱਚ ਆਡਿਟ ਕਰਦਾ ਹੈ ਲੇਖਾ ਜੋਖਾ ਕਰਦਾ ਹੈ ਕੈਗ ਦੀ ਰਿਪੋਰਟ ਜੋ ਸਮੇ ਸਮੇਂ ਸੇ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਨੇ ਕੈਗ ਨੇ ਇੱਕ ਰਿਪੋਰਟ ਦਿੱਤੀ ਹੈ 2022 2022-23 ਦੀ ਔਰ ਉਸ ਰਿਪੋਰਟ ਦੇ ਵਿੱਚ ਇਹ ਇਨਫਰਮੇਸ਼ਨ ਆਪਣੇ ਨਾਲ ਸਾਂਝੀ ਕੀਤੀ ਹੈ ਜਿਹਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਪੰਜਾਬ ਸਰਕਾਰ ਦੇ ਕਈ ਪੀਐਸਯੂਜ਼ ਪੀਐਸਯੂਜ਼ ਮਤਲਬ ਕਿ ਪਬਲਿਕ ਸੈਕਟਰ ਅੰਡਰਟੇਕਿੰਗ ਜਿਹਦੇ ਵਿੱਚ ਪਨਬਸ ਆਂਦੀ ਹੈਗੀ ਆ ਜਿਹਦੇ ਵਿੱਚ ਪਾਵਰਸ ਕੋਆਪਰੇਸ਼ਨ ਆਂਦੀ ਆ ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਲਿਮਟਿਡ ਐਂਡ ਫੂਡ ਗ੍ਰੇਨ ਲਿਮਟਿਡ ਵੇਅਰਹਾਊਸ ਕੋਆਪਰੇਸ਼ਨ ਜਿਹੜੇ ਇਦਾਂ ਦੇ ਇਹ ਆਧਾਰੇ ਨੇ ਇਨ੍ਹਾਂ ਆਧਾਰਿਆਂ ਦੇ ਵਿੱਚ ਜਿੰਨੇ ਵੀ ਕੁੱਲ ਆਪਣੇ ਕੋਲ ਪੀਐਸਯੂਸ ਨੇ ਟੋਟਲ 33 ਨੇ ਜਿਹੜੇ ਸਮੇਂ ਵਰਕਿੰਗ ਨੇ ਔਰ ਇਨ੍ਹਾਂ ਦੇ ਵਿੱਚੋਂ 18 ਪੀਐਸਯੂਸ ਐਸੇ ਨੇ ਜਿਹੜੇ ਕਾਟੇ ਦੇ ਵਿੱਚ ਚੱਲ ਰਹੇ ਨੇ 11 PSUs ਇਟਸ ਅ ਗੁੱਡ ਨਿਊਜ਼ 11 PSU ਜ਼ੋਨ ਨੇ ਜਿਹੜੇ ਇਸ ਸਮੇਂ ਪ੍ਰੋਫਿਟ ਮੇਕਿੰਗ ਯੂਨਿਟ ਨੇ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਵੇਅਰ ਹਾਊਸ ਕਾਰਪੋਰੇਸ਼ਨ ਆਂਦੀ ਹੈਗੀ ਆ ਪੰਜਾਬ ਦਾ ਸਭ ਤੋਂ ਵੱਧ ਘਾਟੇ ਦੇ ਵਿੱਚ ਚੱਲਣ ਵਾਲਾ ਜਿਹੜਾ ਯੂਨਿਟ ਹੈ ਉਹ ਹੈ ਪੰਜਾਬ ਦਾ ਬਿਜਲੀ ਨਾਲ ਜੁੜਿਆ ਹੋਇਆ ਮੈਕਮਾ ਜਿਹਦੇ ਤੇ ਬਹੁਤ ਵੱਡੀ ਡਿਪੈਂਡੈਂਸੀ ਪੰਜਾਬ ਦੀ ਹੈ ਬਹੁਤ ਵੱਡੀ ਸਰਵਿਸ ਪੰਜਾਬੀਆਂ ਨੂੰ ਇਸ ਮੈਕਮੇ ਚੋਂ ਮਿਲਦੀ ਹੈ ਕਿਉਂਕਿ 300 ਯੂਨਿਟ ਬਿਜਲੀ ਫ੍ਰੀ ਹੈ ਐਂਡ ਹੋਰ ਵੀ ਥਾਵਾਂ ਦੇ ਉੱਤੇ ਬਿਜਲੀ ਸਬਸਿਡੀ ਜਿਹੜੀ ਆ ਉਹ ਸਰਕਾਰ ਨੇ ਲਾਈ ਹੋਈ ਔਰ ਫ੍ਰੀ ਸਬਸਿਡੀ ਇੰਡਸਟਰੀ ਦੇ ਵਿੱਚ ਔਰ ਕਿਸਾਨੀ ਦੇ ਕੋਲ ਫ੍ਰੀ ਬਿਜਲੀ ਜਿਹੜੀ ਆ ਉਹ ਜਾਰੀ ਹੈਗੀ ਆ ਇਹੀ ਮੈਕਮਾ ਸਭ ਤੋਂ ਵੱਧ ਕਾਟੇ ਦੇ ਵਿੱਚ ਚੱਲ ਰਿਹਾ ਸੀ 2022-23 ਦੇ ਸਾਲ ਦੀ ਡਿਊਰਿੰਗ ਇਹ ਕੈਗ ਦੀ ਰਿਪੋਰਟ ਨੇ ਕਿਹਾ ਹੈਗਾ ਘਾਟਾ ਕਿੰਨਾ ਸੀ 4600 ਕਰੋੜ ਤੋਂ ਵੀ ਉੱਪਰ ਇਸ ਤੋਂ ਇਲਾਵਾ ਖੇਤੀਬਾੜੀ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੋਆਪਰੇਸ਼ਨਸ ਨੇ ਪੰਜਾਬ ਜਿਹੜੀ ਜਿਹੜੀ ਫੂਡ ਪ੍ਰਕਿਊਰਮੈਂਟ grain ਪ੍ਰਕਿਊਰਮੈਂਟ ਵਾਲੀ ਸੰਸਥਾ ਹੈਗੀ ਆ ਨਾਲ ਹੀ ਜਿਹੜੀ ਐਗਰੋ ਐਗਰੋ ਫੂਡ grain ਸੰਸਥਾ ਹੈਗੀ ਖੇਤੀਬਾੜੀ ਨਾਲ ਜੁੜੀਆਂ ਇਹ ਵੀ ਘਾਟੇ ਚ ਚੱਲ ਰਹੀਆਂ ਨੇ ਲਗਾਤਾਰ ਇਹ ਜਿਹੜੀਆਂ ਰਿਪੋਰਟਾਂ ਨੇ ਇਹ ਬਹੁਤ ਅਨਸਖਾਵੀਆਂ ਨੇ ਪੰਜਾਬ ਲਈ ਕਿਉਂ ਕਿਉਂਕਿ ਪੰਜਾਬ ਇੱਕ ਉਹ ਸੂਬਾ ਹੈ ਜਿਹਦੇ ਵਿੱਚ ਜਿਹਦੇ ਵਿੱਚ ਜਿੰਨੀ ਵੀ ਕਮਾਈ ਹੈ ਉਹਦਾ ਕਮਾਈ ਦਾ ਵੱਡਾ ਹਿੱਸਾ ਕੇਵਲ ਔਰ ਕੇਵਲ ਸੈਲਰੀਜ਼ ਤਨਖਾਹਾਂ ਪੈਨਸ਼ਨਾਂ ਹੋਰ ਜਿਹੜੀਆਂ ਸਰਵਿਸਿਜ਼ ਪੱਕੇ ਵੱਜੇ ਖਰਚੇ ਨੇ ਉਹਦੇ ਵਿੱਚ ਜਾਂਦਾ ਹੈ ਸਬਸਿਡੀਆਂ ਦੇ ਵਿੱਚ ਜਾਂਦਾ ਹੈ ਤੇ ਪੁਰਾਣੇ ਕਰਜ਼ੇ ਦੀਆਂ ਕਿਸ਼ਤਾਂ ਵਿਆਜ ਭਰਨ ਦੇ ਵਿੱਚ ਪੰਜਾਬ ਦੀ ਕਮਾਈ ਦਾ ਵੱਡਾ ਹਿੱਸਾ ਜਾਂਦਾ ਜੋ ਪੰਜਾਬ ਕੋ ਮਾੜਾ ਮੋਟਾ ਥੱਲੇ ਬਚਦਾ ਹੈ ਉਹਦੇ ਨਾਲ ਨਾ ਤਾਂ ਪੰਜਾਬ ਦੇ ਵਿਕਾਸ ਲਈ ਆਉਣ ਵਾਲੇ ਭਵਿੱਖ ਲਈ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਜਾ ਪਾ ਰਹੇ ਹੈਗੇ ਔਰ ਨਾ ਹੀ ਕੋਈ ਕੈਪੀਟਲ ਖਰਚਾ ਆਪਾਂ ਕਰ ਪਾ ਰਹੇ ਆ ਜਿਹਦੇ ਨਾਲ ਪੰਜਾਬ ਪੰਜਾਬੀਆਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਲਈ ਕੁਝ ਇਨਵੈਸਟਮੈਂਟਾਂ ਪੰਜਾਬ ਸਰਕਾਰ ਨੇ ਕੀਤੀਆਂ ਹੋਣ ਉਹ ਆਪਣੇ ਸਾਹਮਣੇ ਨਹੀਂ ਆ ਰਹੀਆਂ ਉਹਦਾ ਵੱਡਾ ਕਾਰਨ ਪੰਜਾਬ ਦੇ ਵਿੱਚ ਪੈਸੇ ਦੀ ਮਾਲੀਏ ਦੀ ਕਮੀ ਹੈਗਾ ਪੰਜਾਬ ਸਰਕਾਰ ਖੁਦ ਆਪਣੇ ਬਜਟ ਦੇ ਵਿੱਚ ਕਹਿ ਰਹੀ ਹੈ ਕਿ ਜਦੋਂ ਇਹ 2024 ਦਾ ਸਾਲ ਖਤਮ ਹੋਏਗਾ 2025 ਸ਼ੁਰੂ ਹੋ ਰਿਹਾ ਹੋਏਗਾ ਉਸ ਸਮੇਂ ਪੰਜਾਬ ਤੇ ਪਾਉਣੇ 4 ਲੱਖ ਕਰੋੜ ਕਰਜ਼ਾ ਹੋਏਗਾ ਸੋ ਜਦੋਂ ਇਹ ਇਹ ਸੂਬੇ ਦੇ ਵਿੱਚ ਆਪਾਂ ਰਹਿ ਰਹੇ ਹੋਈਏ ਤਾਂ ਫਿਰ ਇਹ ਜਿਹੜੀਆਂ ਰਿਪੋਰਟਾਂ ਨੇ ਕੈਗ ਦੀ ਇਹ ਰਿਪੋਰਟ ਹੈ ਇਹਨੂੰ ਤੁਹਾਡੇ ਨਾਲ ਡਿਸਕਸ ਕਰਨਾ ਤੁਹਾਡੇ ਅੱਗੇ ਰੱਖਣਾ ਬਹੁਤ ਜ਼ਰੂਰੀ ਹੈ ਅਗਲੀ ਹੁਣ ਗੱਲ ਕਰਦੇ ਹਾਂ ਵੀ ਇਹ ਜਿਹੜੇ ਆਧਾਰੇ ਨੇ ਪੀਐਸਯੂਜ਼ ਇਹਨਾਂ ਦੇ ਵਿੱਚ ਇਨਾ ਘਾਟਾ ਜਿਹੜਾ ਹੈ ਕਿਉਂ ਹੋ ਜਾਂਦਾ ਹੈ ਇਹਦਾ ਕੀ ਕਾਰਨ ਹੈ ਪੰਜਾਬ ਵੱਲੋਂ ਸਮੇਂ ਤੋਂ ਸਮੇਂ ਇਨਾ ਆਧਾਰਿਆਂ ਨੂੰ ਬਜਟ ਦੇ ਵਿੱਚ ਪ੍ਰੋਵੀਜ਼ਨ ਰੱਖੀ ਜਾਂਦੀ ਹੈ ਗ੍ਰਾਂਟ ਮਿਲਦੀ ਹੈ ਲੋਨ ਵੀ ਦਿੱਤੇ ਜਾਂਦੇ ਨੇ ਬਹੁਤ ਚੀਜ਼ਾਂ ਪੰਜਾਬ ਵੱਲੋਂ ਵੀ ਜਾਂਦੀਆਂ ਨੇ ਕਈ ਵਾਰੀ ਇਹ ਜਿਹੜੇ ਮੈਕਮੇ ਨੇ ਇਹ ਕਰਜ਼ਾ ਲੈਂਦੇ ਨੇ ਔਰ ਇਹ ਕਰਜ਼ੇ ਦਾ ਲਾਭ ਫਿਰ ਪੰਜਾਬ ਸਰਕਾਰ ਵੀ ਭੁਗਤਦੀ ਹੈ ਕਿਉਂਕਿ ਪੰਜਾਬ ਸਰਕਾਰ ਪੰਜਾਬ ਸਰਕਾਰ ਲਈ ਕਰਜ਼ਾ ਲੈਣਾ ਬਹੁਤ ਮੁਸ਼ਕਿਲ ਸਿਚੁਏਸ਼ਨ ਹੁੰਦੀ ਹੈ ਕਿਉਂਕਿ ਕਈ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਬੈਂਕਰਪਸੀ ਦੇ ਲੈਵਲ ਤੱਕ ਪਹੁੰਚੀ ਹੋਈ ਆ ਸੋ ਇਹੋ ਜਿਹੇ ਜਿਹੜੇ ਪੀਐਸਯੂਜ਼ ਆ ਇਹਨਾਂ ਦੇ ਇਹਨਾਂ ਦੇ ਸਟਾਕ ਨੂੰ ਇਹਨਾਂ ਦੇ ਸ਼ੇਰਾਂ ਨੂੰ ਇਹਨਾਂ ਦੀ ਲੈਂਡ ਇਹਨਾਂ ਦੀਆਂ ਜ਼ਮੀਨਾਂ ਨੂੰ ਗਹਿਣੇ ਰੱਖ ਕੇ ਪੰਜਾਬ ਸਰਕਾਰ ਨੇ ਵੀ ਕਈ ਵਾਰੀ ਫਾਇਦੇ ਲਏ ਆ ਫੋਰ ਏਗਜ਼ਾਮਪਲ ਜਿਹੜਾ ਪਨ ਬੱਸ ਜਿਹੜਾ ਪੀਐਸਯੂ ਹੈਗਾ ਇਹਦੇ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਕਿਸ ਤਰ੍ਹਾਂ ਉਹਨਾਂ ਦੀ ਸਰਕਾਰ ਵੇਲੇ ਕਰਜ਼ੇ ਲੈ ਗਏ ਸੀ ਇਹ ਇੱਕ ਅਨਦਰ ਏਗਜ਼ਾਮਪਲ ਹੈਗੀ ਆ ਪੀ ਪੀਐਸਯੂਜ਼ फेल ਕਿਉਂ ਹੋਏ ਇਹ ਕਹਿਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਪੀਐਸਯੂਜ਼ ਨੇ ਇਹ ਕਿਉਂ ਸਾਨੂੰ ਸਾਨੂੰ ਚਾਹੀਦੇ ਨਹੀਂ ਆ ਇਹਨਾਂ ਦੀ ਇਹ ਕਿਉਂ ਬਣਾਏ ਗਿਆ ਸੀ ਇਹਦਾ ਵੱਡਾ ਕਾਰਨ ਸੀਗਾ ਕਿ ਜਿਹੜਾ ਵਿਕਾਸ ਹੈਗਾ ਜਿਹੜੀ ਡਿਵੈਲਪਮੈਂਟ ਆਪਣੇ ਸਾਹਮਣੇ ਹੋ ਰਹੀ ਹੈ ਜਿਹੜੀ ਵੀ ਇਹਨਾਂ ਯੂਨਿਟਾਂ ਦੇ ਵਿੱਚ ਚੀਜ਼ ਬਣ ਰਹੀ ਹੈ ਜਿਹਨੂੰ ਇਹ ਇੰਪਲੀਮੈਂਟ ਕਰ ਰਹੇ ਨੇ ਉਹ ਲੋਕਾਂ ਤੱਕ ਪਹੁੰਚੇ ਉਹ ਜੇ ਪਿੰਡ ਆ ਤਾਂ ਪਿੰਡਾਂ ਤੱਕ ਪਹੁੰਚੇ ਕਿਤੇ ਛੋਟੇ ਕੁਝ ਕੁਝ ਏਰੀਏ ਦੇ ਵਿੱਚ ਸਿਲੈਕਟਿਵਲੀ ਨਾ ਰਹਿ ਜਾਏ ਚਾਹੇ ਰੋਡ ਚਾਹੇ ਬਿਜਲੀ ਚਾਹੇ ਬੱਸਾਂ ਜਿਹੜੀਆਂ ਇਹ ਚੀਜ਼ਾਂ ਨੇ ਸਾਰੀਆਂ ਮਾਸਸਿਸ ਦੇ ਵਿੱਚ ਡਿਸਟ੍ਰਿਬਿਊਟ ਹੋਣ ਅਗਰ ਪੀਐਸਯੂਜ਼ ਨਾ ਹੁੰਦੀਆਂ ਤਾਂ ਸ਼ਾਇਦ ਜਿਹੜੇ ਕੁਝ ਕੁਝ ਜਿਵੇਂ ਰੋਡਵੇਜ਼ ਦੀਆਂ ਰੋਡਵੇਜ਼ ਦੀਆਂ ਬੱਸਾਂ ਦੇ ਰੂਟ ਨੇ ਤਾਂ ਕੁਝ ਲੋਕ ਆਪਣੇ ਫੇਵਰ ਦੇ ਵਿੱਚ ਆਪਣੇ ਹੱਕ ਤੱਕ ਇੱਕ ਲਿਮਟਿਡ ਏਰੀਆ ਦੇ ਵਿੱਚ ਹੀ ਰੱਖ ਲੈਂਦੇ ਔਰ ਜਿਹੜੇ ਦੂਰ ਦਰਾਂਡੇ ਦੇ ਏਰੀਆ ਨੇ ਉੱਥੇ ਤੱਕ ਹੋ ਸਕਦਾ ਉਹ ਬੱਸਾਂ ਦੇ ਰੂਟ ਨਾ ਪਹੁੰਚਦੇ ਹੋ ਸਕਦਾ ਬਿਜਲੀ ਜਿਹੜੀ ਹੈ ਅਗਰ ਪਬਲਿਕ ਸੈਕਟਰ ਅੰਡਰਟੇਕਿੰਗ ਚ ਨਾ ਹੁੰਦੀ ਤਾਂ ਸ਼ਾਇਦ ਉਹ ਪਿੰਡਾਂ ਦੇ ਲੈਵਲ ਤੱਕ ਨਾ ਪਹੁੰਚਦੀ ਕਿਉਂਕਿ ਫਿਰ ਇਹਦੇ ਵਿੱਚ ਇੱਕ ਮੋਨੋਪੋਲੀ ਜਿਹੜੀ ਆ ਉਹ ਸਿਸਟਮ ਆਪਣੇ ਸਾਹਮਣੇ ਆ ਜਾਣਾ ਸੀ ਜਿਹਦੇ ਵਿੱਚ ਮੋਨੋਪੋਲੀਸ ਦੇ ਕੋਲ ਜਾਂ ਜਿਹੜੇ ਵੱਡੇ ਸ਼ੇਅਰਹੋਲਡਰਸ ਨੇ ਸਟੇਕਹੋਲਡਰਸ ਨੇ ਉਹਨਾਂ ਦੀ ਡਿਸਕ੍ਰੈਸ਼ਨਰੀ ਪਾਵਰ ਦਾ ਕਿਉਂਕਿ ਇਹ ਪਬਲਿਕ ਸੈਕਟਰ ਅੰਡਰਟੇਕਿੰਗ ਸੀ ਇਹਦੇ ਕਰਕੇ ਇੱਕ ਵੱਡੇ ਲੈਵਲ ਤੇ ਪੰਜਾਬ ਦੇ ਪਿੰਡਾਂ ਤੱਕ ਸੜਕਾਂ ਦਾ ਕਨੈਕਸ਼ਨ ਹੈ ਪੰਜਾਬ ਦੇ ਪਿੰਡਾਂ ਤੱਕ ਸਭ ਇਹ ਫੈਸਿਲਿਟੀਆਂ ਜਿਹੜੀਆਂ ਨੇ ਉਹ ਮੌਜੂਦ ਨੇ ਥੈਂਕਸ ਟੂ ਇਹ ਵਾਲੀਆਂ ਜਿਹੜੀਆਂ ਪੀਐਸਯੂਸ ਨੇ ਜਿਹੜਾ ਸੋਸ਼ਲਿਸਟਿਕ ਸਰਕਾਰ ਦਾ ਪੰਡਿਤ ਨਹਿਰੂ ਦੇ ਸਮੇਂ ਦਾ ਇਹ ਜਿਹੜਾ ਇੱਕ ਵਿਜ਼ਨ ਸੀ ਜਿਹੜਾ ਬਾਅਦ ਵਿੱਚ 1990-91 ਤੋਂ ਬਾਅਦ ਪ੍ਰਾਈਵੇਟਾਈਜੇਸ਼ਨ ਨੇ ਟੇਕਓਵਰ ਕੀਤਾ ਕਿਉਂਕਿ ਉਹ ਉਸ ਸਮੇਂ ਦੀ ਜ਼ਰੂਰਤ ਬਣ ਚੁੱਕਾ ਸੀ ਹੁਣ ਵੀ ਜਿਹੜੀਆਂ ਰਿਪੋਰਟਸ ਨੇ ਜਿਹਦੇ ਵਿੱਚ ਮੈਂ ਅਨਸੁਖਾ ਵੀ ਰਿਪੋਰਟ ਕਿਉਂ ਕਿਹਾ ਹੈਗਾ ਇਹਨੂੰ ਕਿਉਂਕਿ ਜਦੋਂ ਬਾਰ-ਬਾਰ ਆਪਣੇ ਸਾਹਮਣੇ ਚੀਜ਼ ਆਉਂਦੀ ਹੈ ਕਿ ਜਿਹੜੀਆਂ ਪਬਲਿਕ ਸੈਕਟਰ ਦੇ ਯੂਨਿਟ ਨੇ ادارے ਨੇ ਇਹ ਘਾਟੇ ਦਾ ਸੌਦਾ ਬਣ ਚੁੱਕੇ ਨੇ ਸਰਕਾਰ ਤੇ ਬੋਝ ਬਣ ਚੁੱਕੇ ਨੇ ਤਾਂ ਇਹੋ ਜੇ ਸਮਿਆਂ ਦੇ ਵਿੱਚ ਸਰਕਾਰ ਲਈ ਇਹ ਗੱਲ ਕਹਿਣੀ ਬਹੁਤ ਆਸਾਨ ਹੋ ਜਾਂਦੀ ਹੈ ਐਕਸਕਿਊਜ਼ ਬਣ ਜਾਂਦਾ ਐਕਸਕਿਊਜ਼ ਚਾਹੀ ਲੇਮ ਐਕਸਕਿਊਜ਼ ਹੋਵੇ ਚਾਹੀ ਵੈਲਿਡ ਐਕਸਕਿਊਜ਼ ਕਿ ਇਨਾਂ ਅਦਾਰਿਆਂ ਨੂੰ ਹੁਣ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪ ਦੇਣਾ ਚਾਹੀਦਾ ਹੈਗਾ ਕਿਉਂਕਿ ਸਰਕਾਰ ਸਰਕਾਰ ਦੇ ਹੱਥਾਂ ਦੇ ਵਿੱਚ ਮੁਨਾਫਾ ਨਹੀਂ ਕਮਾ ਰਹੀ ਹੈਗੇ ਇਹਨੂੰ ਡਿਸ ਇਨਵੈਸਟਮੈਂਟ ਕਿਹਾ ਜਾਂਦਾ ਜਿਹਨੂੰ ਆਪਾਂ ਆਮ ਪਾਸ਼ਾ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਹਿ ਦਿੰਨੇ ਹੈਗੇ ਆ ਸੋ ਇਹ ਲਗਾਤਾਰ ਘਾਟੇ ਦੇ ਵਿੱਚ ਇਨਾਂ ਪੀਐਸਯੂਸ ਦਾ ਚੱਲਣਾ ਇਜ਼ ਨਾਟ ਅ ਗੁੱਡ ਨਿਊਜ਼ ਲੇਕਿਨ ਇਹ ادارے ਘਾਟੇ 'ਚ ਕਿਉਂ ਚੱਲ ਰਹੇ ਨੇ ਇਹਦਾ ਜਿਹੜਾ ਸਹੀ ਜਵਾਬ ਹੈ ਹਾਲਾਂਕਿ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਲੀਡਰਸ਼ਿਪ ਕਰਾਈਸਿਸ ਹੈ ਇਹਦੇ ਵਿੱਚ ਕਰਪਸ਼ਨ ਬਹੁਤ ਵੱਡੇ ਲੈਵਲ ਤੇ ਆ ਡੀਫੰਕਟ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਆ ਜਿਨ੍ਹਾਂ ਨੂੰ ਪੋਲੀਟੀਕਲ ਪਾਰਟੀ ਰਾਜਕਰ ਦੀ ਧਿਰ ਟਿਕਟ ਨਹੀਂ ਦੇ ਸਕਦੀ ਹੁੰਦੀ ਐ ਐਮਐਲਏ ਦੀਆਂ ਉਹੀ ਖੁਸ਼ ਕਰਨੇ ਹੁੰਦੇ ਨੇ ਆਪਣੇ ਚਹੇਤੇ ਹੁੰਦੇ ਨੇ ਉਹਨਾਂ ਨੂੰ ਇੱਥੇ ਕੁਰਸੀਆਂ ਦੇ ਬਿਠਾ ਦਿੱਤਾ ਜਾਂਦਾ ਔਰ ਇਹਦਾ ਅਸਲੀ ਕਾਰਨ ਕੀ ਐ ਉਹ ਆਸ ਕਰਦੇ ਆ ਕਿ ਪੰਜਾਬ ਦੀ ਸਰਕਾਰ ਕੋਈ ਆਪਣੇ ਲੈਵਲ ਤੇ ਕੋਈ ਕਮਿਸ਼ਨ ਕਿਉਂਕਿ ਕਿਉਂਕਿ ਪੰਜਾਬ ਦੀ ਸਰਕਾਰ ਨੇ ਇੱਕ ਥਰਮਲ ਪਾਵਰ ਪਲਾਂਟ ਖਰੀਦਿਆ ਹੈਗਾ ਗੋਇੰਦਵਾਲ ਸਾਹਿਬ ਜੋ ਕਿ ਇੱਕ ਬਹੁਤ ਵਧੀਆ ਗੱਲ ਹੈਗੀ ਆ ਸੋ ਪੰਜਾਬ ਸਰਕਾਰ ਨੂੰ ਇਹ ਬਾਕੀ ਦੇ ادارے ਵੀ ਕਿਉਂ ਫੇਲ ਹੋ ਰਹੇ ਨੇ ਇਹਨਾਂ ਵੱਲ ਧਿਆਨ ਦੇਣ ਲਈ ਇੱਕ ਇਨਕੁਆਇਰੀ ਕਮਿਸ਼ਨ ਆਪਣੀ ਕਮੇਟੀ ਬਣਾਉਣੀ ਚਾਹੀਦੀ ਹੈ ਜਿਹੜੀ ਨਾ ਸਾਰੇ ਅਦਾਰਿਆਂ ਦੇ ਵਿੱਚ ਜਾ ਕੇ ਚੈੱਕ ਕਰ ਸਕੇ ਕਿ ਪ੍ਰੋਬਲਮਸ ਕਿੱਥੇ ਨੇ ਸਾਲ 2020 ਦੇ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਪੰਜਾਬ ਦੇ ਕੁਝ ਪੀਐਸਯੂਸ ਨੂੰ ਪ੍ਰਾਈਵੇਟਾਈਜ਼ ਕਰਨ ਦੀ ਗੱਲ ਚੱਲੀ ਸੀ ਉਹਨਾਂ ਵਿੱਚੋਂ ਇੱਕ ਪੀਐਸਯੂ ਇਹ ਸੀਗਾ ਪੰਜਾਬ ਐਲਕੈਲਾਈਜ਼ ਐਂਡ ਕੈਮੀਕਲ ਲਿਮਟਿਡ ਜਿਹਦੇ ਵਿੱਚ ਇਹ ਜਿਹੜੇ ਕੈਮੀਕल्स ਵਗੈਰਾ ਸੀ ਇਹ ਸਾਰੇ ਬਣਦੇ ਸੀ ਸਰਕਾਰੀ ਅਦਾਰਾ ਸੀ ਇਹਦਾ ਬਕਾਇਦਾ ਆਪਣੀ ਪ੍ਰਾਪਰਟੀ ਸੀ ਆਪਣੀ ਇਹਦੀ ਜਗਾ ਸੀ ਬਿਲਡਿੰਗ ਸੀ ਇਹਦੇ ਵਿੱਚ ਲੋਕ ਕੰਮ ਕਰਦੇ ਸੀਗੇ ਜਿਹਦੇ ਵਿੱਚ ਕਾਸਟਿਕ ਸੋਡਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਬਣਦੀਆਂ ਸੀ 2020 ਦੇ ਵਿੱਚ ਪੰਜਾਬ ਸਰਕਾਰ ਨੇ ਡਿਸ ਇਨਵੈਸਟਮੈਂਟ ਕੀਤੀ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਗਿਆ ਔਰ ਇਹਦਾ ਹਜੇ ਤੱਕ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਹੈਗਾ ਕਿਉਂਕਿ ਜਿਹੜੇ ਉੱਥੇ ਕੰਮ ਕਰਨ ਵਾਲੇ EMPLOYEES ਸੀ ਉਹਨਾਂ ਦਾ ਇਲਜ਼ਾਮ ਸਰਕਾਰ ਤੇ ਹੈਗਾ ਹਾਈ ਕੋਰਟ ਨੇ ਇਹਦੇ ਤੇ ਸਟੇਟਸ ਰਿਪੋਰਟ ਪੰਜਾਬ ਸਰਕਾਰ ਤੋਂ ਮੰਗੀ ਹੋਈ ਸੀਗੀ ਉੱਥੇ ਕੰਮ ਕਰਨ ਵਾਲੇ EMPLOYEES ਦਾ ਇਹ આરોਪ ਸੀਗਾ ਕਿ ਪੰਜਾਬ ਦੀ ਸਰਕਾਰ ਨੇ ਜਾਣਬੁੱਝ ਕੇ ਇਸ ਸੰਸਥਾ ਨੂੰ ਘਾਟੇ ਦਾ ਸੌਦਾ ਬਣਾ ਕੇ ਪੇਸ਼ ਕੀਤਾ ਜਦ ਕਿ ਇਹ ਪ੍ਰੋਫਿਟ ਮੇਕਿੰਗ ਯੂਨਿਟ ਸੀ ਔਰ ਕੇਵਲ ਔਰ ਕੇਵਲ ਇਹਨੂੰ ਇੱਕ ਪ੍ਰਾਈਵੇਟ ਕੰਪਨੀ ਕੋ ਵੇਚਣਾ ਸੀ ਇਸ ਕਰਕੇ ਇਹ ਜਿਹੜੀ ਟੌਂਗ ਜਿਹੜਾ ਹੈ ਇੱਕ ਤਰ੍ਹਾਂ ਦਾ ਏਕਸਕਿਊਜ਼ ਜਿਹੜਾ ਹੈ ਸਰਕਾਰ ਨੇ ਕ੍ਰੀਏਟ ਕੀਤਾ ਕਿ ਇਹ ਸੰਸਥਾ ਕਾਟੇ ਦੇ ਵਿੱਚ ਹੈਗੀ ਆ ਪ੍ਰਾਈਵੇਟ ਹੱਥਾਂ ਦੇ ਵਿੱਚ ਉਹ ਸੰਸਥਾ ਨੂੰ ਦੇਣ ਤੋਂ ਜਸਟ ਕੁਝ ਮਹੀਨੇ ਪਹਿਲਾਂ ਹੀ ਉਹਦੀ ਪ੍ਰੋਪਰ ਮਰਮਤ ਕਰਵਾਈ ਗਈ ਹੈ ਉਹਦੇ ਵਿੱਚ ਮੋਡਰਨਾਈਜੇਸ਼ਨ ਦੇ ਨਾਮ ਤੇ 300 ਕਰੋੜ ਤੋਂ ਵੀ ਵੱਧ ਖਰਚਾ ਕੀਤਾ ਗਿਆ ਹੈਗਾ ਔਰ ਸੜਕ ਬਣਾਈ ਗਈ ਹੈ ਜੋ ਸਭ ਉਹਨੂੰ ਉਹਨੂੰ ਚਾਹੀਦਾ ਸੀ ਉਸ ادارے ਨੂੰ ਉਹਦੇ ਤੇ ਇਨਵੈਸਟਮੈਂਟ ਕੀਤੀ ਗਈ ਹੈ ਪਰ باوجود ਉਸਦੇ ਵੀ ਵਿਥਿਨ ਕਪਲ ਆਫ ਮੰਥਸ ਉਹਨੂੰ ਬੇਚ ਦਿੱਤਾ ਗਿਆ ਇੱਕ ਪ੍ਰਾਈਵੇਟ ادارے ਨੂੰ ਦੇ ਦਿੱਤਾ ਗਿਆ ਉਹਦਾ ਕੇਸ ਹਜੇ ਤੱਕ ਹਾਈ ਕੋਰਟ ਦੇ ਵਿੱਚ ਐ ਸੋ ਇਹਦੇ ਪਿੱਛੇ ਹਿڈن ਅਜੈਂਡਾ ਕੀ ਹੈ ਇਹ ਪੀਐਸਯੂਸ ਕਿਉਂ ਨਹੀਂ ਕੰਮ ਕਰ ਪਾਰੀਆਂ 11 ادارے ਨੇ ਜਿਹੜੇ ਬਹੁਤ ਕਾਮਯਾਬੀ ਦੇ ਨਾਲ ਸਫਲਤਾਪੂਰਵਕ ਚੱਲ ਰਹੇ ਨੇ ਇਹਦੇ ਕਾਰਨ ਜਿਹੜੇ ਨੇ ਉਹ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ادارے ਥਾਰਾ ادارے ਕਾਟੇ ਦੇ ਵਿੱਚ ਐਨੇ ਕਾਟੇ ਦੇ ਵਿੱਚ ਕਿਉਂ ਚੱਲ ਰਹੇ ਨੇ ਇਹਦੇ ਵਿੱਚ ਸਭ ਤੋਂ ਵੱਧ ਕਾਟੇ 'ਚ ਚੱਲਣ ਵਾਲਾ ਅਦਾਰਾ ਹੈ ਪੰਜਾਬ ਸਟੇਟ ਦਾ ਪਾਵਰ ਕੋਆਪਰੇਸ਼ਨ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਬਸਿਡੀ ਪੰਜਾਬ ਉਹ ਵੈਲਫੇਅਰ ਸਟੇਟ ਨਹੀਂ ਹੈਗਾ ਪਰ ਇੱਕ ਪੁਆਇੰਟ ਦੇ ਉੱਤੇ ਆ ਕੇ ਵੋਟਾਂ ਦੇ ਜਸਟ ਮੱਦੇ ਨਜ਼ਰ ਆ ਕੇ ਆਪਾਂ ਦੇਖਦੇ ਹਾਂ ਕਿ ਵੱਡੀ ਸਬਸਿਡੀ ਜਿਹੜੀ ਹੈ ਆਪਣੇ ਵੋਟਰਸ ਨੂੰ ਪੰਜਾਬ ਦੇ ਮੁੱਖ ਮੰਤਰੀ ਚਾਹੇ ਪ੍ਰਕਾਸ਼ ਸਿੰਘ ਬਾਦਲ ਚਾਹੇ ਅੱਗੇ ਤੱਕ ਹੁਣ ਆਪਣੇ ਭਗਵੰਤ ਮਾਨ ਜੀ ਇੱਕ ਵੱਡੀ ਸਬਸਿਡੀ ਵੈਲਫੇਅਰ ਸਟੇਟ ਕਹੌਣ ਦੇ ਲਈ ਪਾਵਰ ਦੇ ਨਾਮ ਤੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਪਹਿਲਾਂ ਹੀ ਇੰਡਸਟਰੀ ਦੇ ਲਈ ਖੇਤੀਬਾੜੀ ਦੇ ਲਈ ਔਰ ਹੁਣ ਘਰਾਂ ਦੇ ਲਈ ਵੀ 300 ਯੂਨਿਟ ਬਿਜਲੀ ਜਿਹੜੀ ਆ ਉਹ ਮੁਫਤ ਕਰ ਦਿੱਤੀ ਗਈ ਹੈਗੀ ਆ ਪਰ ਜਿਹੜਾ ਬਿਜਲੀ ਦਾ ਮੁੱਲ ਹੈ ਚਾਹੇ ਲੋਕਾਂ ਨੂੰ ਬਿੱਲ ਨਹੀਂ ਭਰਨਾ ਪੈ ਰਿਹਾ ਪਰ ਪੰਜਾਬ ਸਰਕਾਰ ਨੂੰ ਤਾਂ ਉਹਦਾ ਬਿੱਲ ਮਹਿਕਮੇ ਨੂੰ ਦੇਣਾ ਪੈਂਦਾ ਹੈਗਾ ਜਿਹੜੀ ਇਹ ਪਾਵਰ ਕੋਆਪਰੇਸ਼ਨ ਹੈ ਇਹ ਬਿੱਲ ਆਪਣੇ ਪੰਜਾਬ 'ਚ ਜਿਹੜੀ ਬਿਜਲੀ ਪ੍ਰਤੀ ਯੂਨਿਟ ਹੈ ਬਹੁਤ ਮਹਿੰਗੀ ਹੈਗੀ ਹੈ ਉਸ ਰੇਟ ਨੂੰ ਸਸਤਾ ਕਰਨ ਦੀ ਬਜਾਏ ਪਾਵਰ ਪਰਚੇਸ ਸਮਝੌਤੇ ਰੱਦ ਕਰਨ ਦੀ ਬਜਾਏ ਬਿਜਲੀ ਨੂੰ ਹੀ ਮੁਫਤ ਕਰਕੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਬਿਠਾ ਦਿੱਤਾ ਗਿਆ ਹੈ ਕਿ ਅਗਰ ਕੋਈ ਵੀਡੀਓ ਬਣਾ ਰਿਹਾ ਹੈ ਜਿਹਦੇ ਵਿੱਚ ਉਹ ਬਿਜਲੀ ਦੇ ਰੇਟ ਦੀ ਗੱਲ ਕਰ ਰਿਹਾ ਤਾਂ ਉਹਨੂੰ ਸੁਣਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ ਤਾਂ ਬਿਜਲੀ ਜਿਹੜੀ ਬਿਜਲੀ ਹੈ ਉਹ ਮੁਫਤ ਪਹੁੰਚ ਰਹੀ ਹੈ 300 ਯੂਨਿਟ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਆ ਕੇ ਪੈਦਾ ਹੁੰਦੀ ਹੈ ਜਦੋਂ ਪੰਜਾਬ ਸਰਕਾਰ ਜਿਹੜੀ ਆਲਰੇਡੀ ਕਰਜ਼ੇ ਦੇ ਬੋਝ ਥੱਲੇ ਦੱਬੀ ਸਰਕਾਰ ਹੈ ਉਹ ਆਪਣੀ ਸਬਸਿਡੀਆਂ ਦੇ ਬਿੱਲ ਜਿਹੜੇ ਕਿ ਕਈ ਹਜ਼ਾਰਾਂ ਕਰੋੜਾਂ ਦੇ ਵਿੱਚ ਆ ਕੱਲੀ ਖੇਤੀ ਦੀ ਸਬਸਿਡੀ ਦੇ ਲਈ ਬਿੱਲ 10000 ਕਰੋੜ ਦੇ ਕਰੀਬ ਪਹੁੰਚ ਜਾਂਦਾ ਹੈਗਾ ਔਰ ਟੋਟਲ ਬਿੱਲ ਸਬਸਿਡੀ ਦਾ ਇਸ ਵਾਰੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 22000 ਕਰੋੜ ਤੋਂ ਲਗਭਗ 24000 ਕਰੋੜ ਤੱਕ ਇਹ ਜਿਹੜਾ ਸਬਸਿਡੀ ਦਾ ਬਿੱਲ ਹੈ ਕੇਵਲ ਔਰ ਕੇਵਲ ਬਿਜਲੀ ਦਾ ਇਹ ਹੋਏਗਾ ਕੁੱਲ ਮਿਲਾ ਕੇ ਸੋ ਜਦੋਂ ਪੰਜਾਬ ਸਰਕਾਰ ਇਸ ਮਹਿਕਮੇ ਨੂੰ ਜਿਹੜਾ ਪੀਐਸਯੂ ਹੈ ਪਾਵਰ ਕੋਆਪਰੇਸ਼ਨ ਹੈ ਇਹਨੂੰ ਪੈਸਾ ਮੌਕੇ ਤੇ ਨਹੀਂ ਭਰ ਪਾਉਂਦੀ ਤਾਂ ਇਹ ਕਾਟੇ ਦੇ ਵਿੱਚ ਹੋਏਗਾ ਹੋਏਗਾ ਕਿਉਂਕਿ ਉਹਨੇ ਆਪਣੀਆਂ ਤਨਖਾਹਾਂ ਆਪਣੇ ਲੋਕਾਂ ਦੀਆਂ ਆਪਣੇ ਆਪਣੇ EMPLOYEES ਦੀ ਤਨਖਾਹ ਦੇਣ ਦੇ ਲਈ ਕਰਜ਼ੇ ਲੈ ਕੇ ਕੰਮ ਕਰਨਾ ਉਹਦੀ ਮਜਬੂਰੀ ਬਣ ਜਾਂਦਾ ਹੈ ਇਸੇ ਵਿੱਚ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਜਦੋਂ ਉਹਦਾ 300 ਯੂਨਿਟ ਬਿਜਲੀ ਫ੍ਰੀ ਵਾਲੀ ਗੱਲ ਆਂਦੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਜਦੋਂ ਆਪਣੇ ਆਪਣੇ ਸਾਹਮਣੇ ਡਾਟਾ ਆਂਦਾ ਹੈ ਕਿ ਘੱਟੋ ਘੱਟ 5 ਲੱਖ ਮੀਟਰ 5 ਲੱਖ ਬਿਜਲੀ ਦੇ ਮੀਟਰ ਨਵੇਂ ਲੱਗੇ ਨੇ ਇਹ ਜਿਹੜੇ ਐਨੇ ਮੀਟਰ ਨਵੇਂ ਲੱਗੇ ਨੇ ਇਹਨਾਂ ਬਾਰੇ ਕੋਈ ਵੀ ਰੈਸ਼ਨਲਾਈਜ਼ੇਸ਼ਨ ਆਪਣੇ ਸਾਹਮਣੇ ਨਹੀਂ ਹੈ ਕਿ ਅਚਾਨਕ 300 ਯੂਨਿਟ ਫ੍ਰੀ ਬਿਜਲੀ ਐਲਾਨ ਹੋਣ ਤੋਂ ਬਾਅਦ 5 ਲੱਖ ਨਵੇਂ ਮੀਟਰ ਕਿਉਂ ਲੱਗ ਗਏ ਵੱਡਾ ਕਾਰਨ ਲੋਕਾਂ ਨੇ ਇਸ ਸਕੀਮ ਦਾ ਫਾਇਦਾ ਚੱਕਣਾ ਸੀ ਇਸ ਕਰਕੇ ਇੱਕ ਘਰ ਦੇ ਵਿੱਚ 2 ਮੀਟਰਾਂ ਵਾਲੀਆਂ ਵੀ ਆਪਣੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਉਦਾਹਰਨਾਂ ਨੇ ਆਪਣੇ ਆਲੇ ਦੁਆਲੇ ਲੇਕਿਨ ਸਰਕਾਰ ਵੱਲੋਂ ਇਸ ادارے ਵੱਲੋਂ ਇਸ ਚੀਜ਼ ਨੂੰ ਕਦੀ ਵੀ ਉਸ਼ਾਲਿਆ ਨਹੀਂ ਗਿਆ ਕਿ ਬਹੁਤ ਅਨ ਰੈਸ਼ਨਲ ਜਿਹੜੀਆਂ ਚੀਜ਼ਾਂ ਨੇ ਵਾਪਰ ਰਹੀਆਂ ਨੇ ਇੱਕ ਹੋਰ ਗੱਲ ਮੈਂ ਪੰਜਾਬ ਦੇ ਬਿਜਲੀ ਡਿਪਾਰਟਮੈਂਟ ਨਾਲ ਜੁੜੀ ਹੋਈ ਦੱਸਣਾ ਚਾਹੁੰਦੀ ਆ ਕਿ ਜਦੋਂ ਆਪਾਂ ਚੋਣਾ ਦੇਖ ਰਿਆ ਸੀ ਲੋਕ ਸਭਾ ਦੀਆਂ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇੱਕ ਚੈਨਲ ਦੇ ਨਾਲ ਇੰਟਰਵਿਊ ਦੇ ਦੌਰਾਨ ਜਿਹੜੀ ਇੰਟਰਵਿਊ ਕਾਫੀ ਹੱਦ ਤੱਕ ਇੱਕ ਪਹਿਲਾਂ ਹੀ ਪਲਾਨਡ ਕਿਸਮ ਦੀ ਇੰਟਰਵਿਊ ਹੁੰਦੀਆਂ ਨੇ ਉਹਨਾਂ ਦੀਆਂ ਉਸ ਇੰਟਰਵਿਊ ਦੇ ਵਿੱਚ ਉਹ ਲਾਈਵ ਕਾਲ ਕਰਦੇ ਨੇ ਪੰਜਾਬ ਪਾਵਰ ਕੋਆਪਰੇਸ਼ਨ ਦੇ ਜਿਹੜੇ ਐਮ ਡੀ ਨੇ ਉਹਨਾਂ ਨੂੰ ਉਹਨਾਂ ਨੂੰ ਕਾਲ ਕਰਕੇ ਪੁੱਛਦੇ ਨੇ ਕਿ ਔਰ ਉਹਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਇਸ ਸਮੇਂ ਪ੍ਰੋਫਿਟ ਦੇ ਵਿੱਚ ਹੈ। ਵਾਅਦੇ ਦੇ ਵਿੱਚ ਚੱਲ ਰਿਹਾ ਹੈਗਾ ਤੇ 800 ਕਰੋੜ ਦੇ ਮੁਨਾਫੇ ਦੇ ਵਿੱਚ ਹੈ ਕਿਉਂਕਿ ਬਹੁਤ ਵੱਧ ਬਿਜਲੀ ਜਿਹੜੀ ਹੈ ਉਹ ਬਾਕੀ ਸੂਬਿਆਂ ਨੂੰ ਆਪਾਂ ਵੇਚੀ ਹੈਗੀ ਆ। ਇਹ ਬਿਲਕੁਲ ਜਾਇਜ਼ ਉਸ ਸਮੇਂ ਦੀ ਖਬਰ ਲੱਗਦੀ ਹੈ ਕਿਉਂਕਿ ਉਸ ਸਮੇਂ ਪਿਛਲੇ ਸਾਲ ਦੇ ਕਰੀਬ ਆਪਣੇ ਕੋਲ ਮੌਨਸੂਨ ਬਹੁਤ ਵਧੀਆ ਹੋਇਆ ਸੀ ਜਿਹਦੇ ਨਾਲ ਪਹਿਲੀ ਗੱਲ ਤਾਂ ਬਿਜਲੀ ਦੀ ਮੰਗ ਬਹੁਤ ਘਟੀ ਸੀ ਔਰ ਦੂਸਰਾ ਪਾਣੀ ਤੋਂ ਬਿਜਲੀ ਬਹੁਤ ਵੱਡੇ ਪੱਧਰ ਤੇ ਆਪਾਂ ਪੈਦਾ ਕੀਤੀ ਸੀ ਜਿਸ ਬਿਜਲੀ ਨੂੰ ਆਪਾਂ ਬਾਕੀ ਸੂਬਿਆਂ ਨੂੰ ਵੇਚ ਪਾਉਣ ਦੇ ਵਿੱਚ ਕਾਮਯਾਬ ਰਹੇ ਆ ਔਰ ਇਹ ਬਿਜਲੀ ਮੈਕਮੇ ਨੇ ਮੁਨਾਫਾ ਕਮਾਇਆ ਹੈਗਾ ਜਿਹੜੀ ਇਹ ਕੈਗ ਦੀ ਰਿਪੋਰਟ ਆ ਇਹ 2022-23 ਦੀ ਰਿਪੋਰਟ ਹੈ ਪਰ ਜਦੋਂ ਬਿਜਲੀ ਮੈਹਿਕਮੇ ਨੇ ਪ੍ਰੋਫਿਟ ਕਮਾਇਆ ਉਹ ਇਸੇ ਸਾਲ 2023-24 ਦੀ ਰਿਪੋਰਟ ਦੇ ਵਿੱਚ ਆਏਗਾ ਜਿਹੜੀ ਅਗਲੇ ਸਾਲ ਆਪਣੇ ਸਾਹਮਣੇ ਹੋ ਸਕਦਾ ਆ ਜਾਏ ਜਾਂ ਹੋ ਸਕਦਾ ਪੰਜਾਬ ਦੀ ਬਿਜਲੀ ਕੋਆਪਰੇਸ਼ਨ ਜਿਹੜੀ ਆ ਉਹ ਆਪਣੀ ਡਾਟਾ ਜਿਹੜਾ ਹੈਗਾ ਉਹਨੂੰ ਅਪਲੋਡ ਕਰ ਦੇ ਤੋਂ ਤੋ ਆਪਣਾ ਨੂੰ ਕਲੀਅਰ ਹੋ ਜਾਏਗੀ ਪਰ ਇਸ ਵਾਰੀ ਪ੍ਰੋਬਲਮ ਇਹ ਹੈਗੀ ਆ ਕਿ ਆਪਣੇ ਸਾਹਮਣੇ ਮੌਨਸੂਨ ਬਹੁਤ ਘਾਟੇ ਦੇ ਵਿੱਚ ਆਪਣੇ ਸਾਹਮਣੇ ਮੌਨਸੂਨ ਡੈਫਿਸਿਟ ਚੱਲ ਰਿਹਾ ਹੈ ਬਾਰਿਸ਼ਾਂ ਬਹੁਤ ਘੱਟ ਪਈਆਂ ਨੇ ਜਿਹੜੇ ਡੈਮ ਨੇ ਉਹਨਾਂ ਡੈਮਾਂ ਦੇ ਵਿੱਚ ਵੀ ਪਾਣੀ ਦਾ ਲੈਵਲ ਬਹੁਤ ਘੱਟ ਹੈ ਇਹਦਾ ਮਤਲਬ ਇਹ ਹੋ ਗਿਆ ਕਿ ਬਿਜਲੀ ਦੀ ਮੰਗ ਇੱਕ ਨਵੇਂ ਸਿਰੇ ਨੂੰ ਟੱਚ ਕਰ ਚੁੱਕੀ ਹੈ ਤੇ ਇਸ ਵਾਰੀ ਫਿਰ ਪੰਜਾਬ ਸਰਕਾਰ ਬਾਕੀ ਨੈਸ਼ਨਲ ਗ੍ਰਿਡ ਤੋਂ ਜਾਂ ਬਾਕੀ ਰਾਜਾਂ ਤੋਂ ਬਿਜਲੀ ਲਏਗੀ ਜੋ ਕਿ ਬਹੁਤ ਮਹਿੰਗੀ ਮਿਲਣ ਵਾਲੀ ਹੈ ਤੇ ਹੋਰ ਬੋਝ ਜਿਹੜਾ ਹੈ ਇਸ ਬਿਜਲੀ ਕੋਆਪਰੇਸ਼ਨ ਅਦਾਰੇ ਦੇ ਉੱਤੇ ਪੈਣ ਵਾਲਾ ਹੈਗਾ ਤੇ ਇਹ ਅਦਾਰਾ ਹੋਰ ਬੋਝ ਦੇ ਵਿੱਚ ਜਾਏਗਾ ਇਹ ਆਪਣਾ ਇੱਕ ਗੈਸ ਹੈਗਾ ਕਿਉਂਕਿ ਆਪਣੇ ਸਾਹਮਣੇ ਬਹੁਤ ਵੱਡਾ ਮੌਨਸੂਨ ਡੈਫਿਸਿਟ ਚੱਲ ਰਿਹਾ ਹੈਗਾ ਤੇ ਪਾਣੀ ਤੋਂ ਬਿਜਲੀ ਆਪਾਂ ਪੈਦਾ ਨਾ ਕਰਕੇ ਬਹੁਤ ਵੱਡੀ ਮੰਗ ਜਿਹੜੀ ਆਪਣੇ ਸਾਹਮਣੇ ਬਿਜਲੀ ਦੀ ਵਧੀ ਹੋਈ ਹੈ ਸੋ ਪੰਜਾਬ ਦਾ ਜਿਹੜਾ ਪਾਵਰ ਕੋਆਪਰੇਸ਼ਨ ਹੈ ਇਹ ਬਹੁਤ ਜ਼ਿਆਦਾ ਇੱਕ ਤਾਂ ਮੌਨਸੂਨ ਤੇ ਡਿਪੈਂਡੈਂਟ ਹੈ ਔਰ ਦੂਸਰੀ ਗੱਲ ਇਹ ਬਹੁਤ ਜ਼ਿਆਦਾ ਸਰਕਾਰ ਤੇ ਡਿਪੈਂਡੈਂਟ ਹੈ ਕਿਉਂਕਿ ਲੋਕਾਂ ਵੱਲੋਂ ਬਿਜਲੀ ਦਾ ਬਿੱਲ ਜਿਹੜਾ ਹੈਗਾ ਉਹ ਪੇ ਕਰਨ ਵਾਲਾ ਨੰਬਰ ਬਹੁਤ ਘੱਟ ਚੁੱਕਾ ਹੈਗਾ ਔਰ ਇਹ ਕਾਰਨ ਹੈ ਕਿ ਸਭ ਤੋਂ ਵੱਡਾ ਇਹ ਕੈਗ ਦੀ ਰਿਪੋਰਟਸ ਵੀ ਜਿਹੜਾ ਮਹਿਕਮਾ ਇੱਕ ਤਰ੍ਹਾਂ ਦੇ ਨਾਲ ਘਾਟੇ ਦਾ ਬਣਿਆ ਹੋਇਆ ਉਹ ਬਿਜਲੀ ਦਾ ਮਹਿਕਮਾ ਹੀ ਹੈਗਾ ਔਰ ਇਹਦੇ ਲਈ ਕਿਤੇ ਨਾ ਕਿਤੇ ਰੈਸ਼ਨਲਾਈਜੇਸ਼ਨ ਦੀ ਜ਼ਰੂਰਤ ਸਰਕਾਰ ਨੂੰ ਹੈਗੀ ਆ ਪਾਵਰ ਸੈਕਟਰ ਦੇ ਨਾਲ ਜੁੜਿਆ ਇੱਕ ਹੋਰ ਕੋਆਪਰੇਸ਼ਨ ਆਪਣੇ ਕੋਲ ਹੈ ਜਿਹੜੀ ట్రాన్స్‌మిਸ਼ਨ ਕੋਆਪਰੇਸ਼ਨ ਹੈ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਲਿਮਟਿਡ ਕਾਟੇਚ ਹੈ ਕਟਾ 4600 ਕਰੋੜ ਤੋਂ ਵੀ ਵੱਧ ਹੈ 2022 ਤੀ ਤੇ ਜਿਹੜੀ ਪੰਜਾਬ ਸਟੇਟ ట్రాన్స్‌మిਸ਼ਨ ਕੋਆਪਰੇਸ਼ਨ ਹੈ ਜਿਹੜੀ ਬਿਜਲੀ ਦੀ ట్రాన్స్‌మిਸ਼ਨ ਲਿ ਕੋਆਪਰੇਸ਼ਨ ਹੈ ਉਹ 100 ਕਰੋੜ ਦੇ ਵਾਅਦੇ ਦੇ ਵਿੱਚ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਦਿਖਾਉਂਦਾ ਹੈ ਕਿ ਜਿਹੜੀਆਂ ਸਬਸਿਡੀਆਂ ਨੇ ਔਰ ਉਹਨਾਂ ਸਬਸਿਡੀਆਂ ਤੋਂ ਬਾਅਦ ਲੋਕਾਂ ਵੱਲੋਂ ਜਿਸ ਤਰ੍ਹਾਂ ਜਿਹੜੇ ਮੀਟਰ ਲਗਾਏ ਗਏ ਨੇ ਔਰ ਉਹਨਾਂ ਮੀਟਰ ਲਗਾਉਣ ਦੀ ਇਜਾਜ਼ਤ ਜਿਹੜੀ ਸਰਕਾਰੀ ਮਹਿਕਮਿਆਂ ਵੱਲੋਂ ਦਿੱਤੀ ਗਈ ਹੈ ਉਹਦੇ ਤੋਂ ਪ੍ਰਤੱਖ ਰੂਪ ਦੇ ਵਿੱਚ ਸਾਹਮਣੇ ਹੈ ਕਿ ਮਿਸਮੈਨੇਜਮੈਂਟ ਜਿਹੜੀ ਆ ਉਹ ਕਿਸ ਐਂਡ ਦੇ ਉੱਤੇ ਆ ਜਿਹੜਾ ਟ੍ਰਾਂਸਮਿਸ਼ਨ ਦਾ ਮਹਿਕਮਾ ਹੈ ਉਹ 100 ਕਰੋੜ ਮੁਨਾਫੇ 'ਚ ਹੈ ਔਰ ਜਿਹੜੀ ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਹੈ ਜਿਹੜੀ ਲੋਕਾਂ ਤੱਕ ਬਿਜਲੀ ਪਹੁੰਚਾਉਂਦੀ ਹੈ ਉਹ 4600 ਤੋਂ ਵੀ 4000 ਕਰੋੜ ਤੋਂ ਵੀ ਵੱਧ ਦੇ ਘਾਟੇ ਦੇ ਵਿੱਚ ਹੈਗੀ ਆ ਮੈਂ ਆਖਰੀ ਇਸ ਵੀਡੀਓ ਨੂੰ ਖਤਮ ਕਰਨ ਲੱਗੀ ਹਾਂ ਔਰ ਆਖਰੀ ਇੱਕ ਪੋਜ਼ਿਟਿਵ ਐਗਜ਼ਾਮਪਲ ਤੁਹਾਡੇ ਅੱਗੇ ਰੱਖਣਾ ਚਾਹੁੰਦੀ ਹਾਂ ਕਿ ਪੰਜਾਬ ਦੇ ਵਿੱਚ ਕਿਸੇ ਸਮੇਂ ਪੰਜਾਬ ਟਰੈਕਟਰਸ ਲਿਮਿਟਿਡ ਸਵਰਾਜ ਟਰੈਕਟਰਸ ਇੱਕ ਪੀਐਸਯੂ ਹੁੰਦਾ ਸੀ ਜਿਸ ਪੀਐਸਯੂ ਨੂੰ 2007 ਦੇ ਵਿੱਚ ਆ ਕੇ 2006 7 8 ਇਸੇ ਸਮੇਂ ਦੇ ਦੌਰਾਨ ਪ੍ਰਾਈਵੇਟਾਈਜ਼ ਕਰ ਦਿੱਤਾ ਗਿਆ ਮਹਿੰਦਰਾ ਐਂਡ ਮਹਿੰਦਰਾ ਨੇ ਫਰਦਰ ਔਨ ਉਹਨੂੰ ਟੇਕਓਵਰ ਕੀਤਾ ਇਹਦੇ ਪਿਛਲਾ ਕਾਰਨ ਕੀ ਸੀ ਉਹ ਕਦੀ ਵੀ ਆਪਣੇ ਸਾਹਮਣੇ ਮੈਨੂੰ ਹਜੇ ਤੱਕ ਉਹ ਨਹੀਂ ਮਿਲਿਆ ਲੇਕਿਨ ਪੰਜਾਬ ਟਰੈਕਟਰਸ ਲਿਮਟਿਡ ਇੱਕ ਬਹੁਤ ਵੱਡੀ ਸਕਸੈਸ ਸਟੋਰੀ ਸੀ ਜਿਹੜਾ 1970 ਦੇ ਵਿੱਚ ਸਵਰਾਜ ਟਰੈਕਟਰਸ ਮੋਹਾਲੀ ਇਹ ਉਹਨਾਂ ਦਾ ਪਲਾਂਟ ਲੱਗਦਾ ਹੈ ਇੱਕ ਤਰ੍ਹਾਂ ਦੇ ਨਾਲ ਮੋਹਾਲੀ ਨੂੰ ਇੰਡਸਟਰੀਅਲਾਈਜ਼ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਜਾਂਦਾ ਤਾਂ ਉਹ ਵੀ ਪੰਜਾਬ ਦਾ ਇੱਕ ਪਬਲਿਕ ਸੈਕਟਰ ਦਾ ਹੀ ਸੰਸਥਾ ਸੀਗੀ ਜਿਹਨੇ ਬਹੁਤ ਵਧੀਆ ਕੰਮ ਕੀਤਾ ਔਰ ਆ ਕੇ 2006-7 ਦੇ ਅਰਾਊਂਡ ਮਹਿੰਦਰਾ ਨੇ ਮਹਿੰਦਰਾ ਉਹਨੂੰ ਟੇਕਓਵਰ ਕਰਦਾ ਔਰ ਸਵਰਾਜ ਟਰੈਕਟਰ ਅਗਰ ਆਪਾਂ ਪੂਰੀ ਦੀ ਪੂਰੀ ਇਸ ਸਿਨੈਰੀਓ ਨੂੰ ਦੇਖੀਏ ਕਿ ਜਿਹੜੇ ਪੀਐਸਯੂਜ਼ ਆ ਇਹ ਫੇਲ ਕਿਉਂ ਹੁੰਦੇ ਆ ਤੇ ਜਦੋਂ ਪ੍ਰਾਈਵੇਟ ਸੰਸਥਾ ਆ ਕੇ ਇਹਦੇ ਵਿੱਚ ਟੇਕਓਵਰ ਕਰਦੀ ਹੈ ਤਾਂ ਇਸ ਕਿਵੇਂ ادارے ਬੈਕ ਟੂ ਨੰਬਰ 1 ਜਾਂ ਨੰਬਰ 2 ਪੋਜੀਸ਼ਨ ਤੇ ਪਹੁੰਚ ਜਾਂਦੇ ਨੇ ਇਹਦੀ ਪਰਫੈਕਟ ਉਦਾਹਰਣ ਹੈ ਜਦੋਂ ਸਵਰਾਜ ਐਂਡ ਮਹਿੰਦਰਾ ਐਂਡ ਮਹਿੰਦਰਾ ਦਾ ਆਪਸ ਚ ਟੇਕਓਵਰ ਹੁੰਦਾ ਹੈਗਾ ਮੈਂ ਤੁਹਾਡੇ ਸਾਹਮਣੇ ਡਾਟਾ ਰੱਖ ਰਹੀ ਹਾਂ 2007 ਔਰ 8 ਦਾ 2007 ਦੇ ਵਿੱਚ ਜਿਹੜੇ ਸਵਰਾਜ ਦੇ ਟਰੈਕਟਰ ਸੀ ਜਦੋਂ ਇਹ ਇੱਕ ਪੀਐਸਯੂ ਹੁੰਦਾ ਸੀਗਾ ਪਬਲਿਕ ਸੈਕਟਰ ਦੇ ਅੰਦਰ ਸੀ ਇਹਦੇ ਵਿੱਚ ਪੰਜਾਬ ਸਰਕਾਰ ਦਾ ਆਪਣਾ ਸ਼ੇਅਰ ਇੱਕ ਤਰ੍ਹਾਂ ਦਾ ਸੀਗਾ ਵੱਡੇ ਪੱਧਰ ਤੇ ਇਹਦੇ ਵਿੱਚ ਕੇਵਲ 23000 ਕੁਛ ਟਰੈਕਟਰ ਬਣਦੇ ਸੀ ਪਰ ਦਾ ਮੂਮੈਂਟ ਜਦੋਂ ਮਹਿੰਦਰਾ ਐਂਡ ਮਹਿੰਦਰਾ ਇਹਨੂੰ ਟੇਕਓਵਰ ਕਰਦਾ ਹੈ ਤੇ ਆਪਣੀ ਲੀਡਰਸ਼ਿਪ ਦਿੰਦਾ ਹੈ ਤਾਂ ਇਹਦੇ ਵਿੱਚ ਟਰੈਕਟਰ ਬਣਨ ਦਾ ਨੰਬਰ 70000 ਤੋਂ ਵੀ ਵੱਧ ਜਾਂਦਾ ਹੈ 70000 ਤੋਂ ਵੀ ਵੱਧ ਕਿੱਥੇ ਤੇ 10000 ਹੋਰ ਕਿੱਥੇ ਮਹਿੰਦਰਾ ਐਂਡ ਮਹਿੰਦਰਾ ਦੀ ਲੀਡਰਸ਼ਿਪ ਦੇ ਨਾਲ 70000 ਤੱਕ ਨੰਬਰ ਵਧਦਾ ਹੈ ਪੰਜਾਬ ਟਰੈਕਟਰਸ ਲਿਮਟਿਡ ਦਾ ਜਦੋਂ ਟੇਕਓਵਰ ਕਰਦੀ ਹੈ ਮਹਿੰਦਰਾ ਤਾਂ ਮਹਿੰਦਰਾ ਆ ਕੇ ਸਭ ਤੋਂ ਪਹਿਲਾਂ ਇੱਥੇ ਕੰਮ ਕਰਦੇ EMPLOYES ਤੋਂ ਇੱਕ ਸਰਵੇ ਕਰਵਾਉਂਦੀ ਔਰ ਉਹਨਾਂ ਨੂੰ ਪੁੱਛਦੇ ਆ ਕਿ ਵੱਡੀ ਪ੍ਰੋਬਲਮ ਇਸ 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 ਯੂਨਿਟ ਦੇ ਵਿੱਚ ਕੀ ਸੀਗੀ ਜਿਹਦੇ ਕਰਕੇ ਇਹ ਤੁਹਾਨੂੰ ਲੱਗਦਾ ਹੈ ਕਿ ਕਾਮਯਾਬੀ ਨਾਲ ਨਹੀਂ ਚੱਲ ਪਾ ਰਿਹਾ ਸੀ ਤਾਂ ਉੱਥੇ ਜ਼ਿਆਦਾਤਰ EMPLOYES ਦਾ ਕਹਿਣਾ ਸੀ ਕਿ ਵੱਡੀ ਕਮੀ ਸੀ ਕਿ ਇਹਦੇ ਵਿੱਚ ਕੋਈ ਵਿਜਨ ਨਹੀਂ ਸੀ ਤੇ ਕੋਈ ਮਿਸ਼ਨ ਨਹੀਂ ਸੀ ਸੋ ਇਸ ਤੋਂ ਬਾਅਦ ਮਹਿੰਦਰਾ ਆਪਣੇ ਜਿਹੜਾ ਨਵਾਂ ਟੇਕਓਵਰ ਹੁੰਦਾ ਪੰਜਾਬ ਟਰੈਕਟਰਸ ਲਿਮਿਟਿਡ ਜਿਹਦੇ ਵਿੱਚ ਇਹ ਸਵਰਾਜ ਇਹਦੇ ਵਿੱਚ ਆਪਣੇ EMPLOYES ਨੂੰ ਇੱਕ ਵਿਜਨ ਦਿੰਦੀ ਆ ਤੇ ਇੱਕ ਗੋਲ ਦਿੰਦੀ ਆ ਉਹਨਾਂ ਦਾ ਵਿਜਨ ਹੁੰਦਾ ਇੱਕ ਨਵੀਂ ਮੰਜ਼ਿਲ ਜਿਹਦੇ ਵਿੱਚ ਉਹਨਾਂ ਦੀ ਮੰਜ਼ਿਲ ਸੀ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਟੇਕਓਵਰ ਕੀਤਾ ਪੰਜਾਬ ਟਰੈਕਟਰਸ ਲਿਮਿਟਿਡ ਸਵਰਾਜ ਬ੍ਰਾਂਡ ਸਵਰਾਜ ਇੰਡੀਆ ਦਾ ਟੌਪ 2 ਪੋਜੀਸ਼ਨਾਂ ਦੇ ਵਿੱਚੋਂ ਪਹਿਲੀ ਔਰ ਦੂਜੀ ਪੋਜੀਸ਼ਨ 'ਚੋ ਇੱਕ ਹੋਏਗਾ ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਗੋਲ ਦਿੰਦੀ ਹੈ ਨਵੀਂ ਦਿਸ਼ਾ ਦੇ ਨਾਮ ਹੇਠ ਜਿਹੜਾ ਗੋਲ ਆਪਣੇ EMPLOYEES ਨੂੰ ਦਿੰਦੀ ਹੈ ਮਹਿੰਦਰਾ ਉਹ ਇਹ ਹੁੰਦਾ ਹੈ 3 2 3 ਮਤਲਬ ਕਿ ਆਉਣ ਵਾਲੇ 3 ਸਾਲਾਂ ਦੇ ਵਿੱਚ ਜਿਹੜਾ ਰੈਵਨਿਊ ਹੈ ਉਹਨੂੰ ਦੁੱਗਣਾ ਕਰਨਾ ਹੈ ਤੇ ਜਿਹੜਾ ਮੁਨਾਫਾ ਹੈ ਉਹਨੂੰ ਤਿੰਨ ਗੁਣਾ ਕਰਨਾ ਹੈ ਹੈਰਾਨੀ ਦੀ ਗੱਲ ਹੈ ਕਿ ਆਉਣ ਵਾਲੇ 4 ਸਾਲਾਂ ਦੇ ਵਿੱਚ ਸਵਰਾਜ ਪੂਰੇ ਦੇਸ਼ ਭਰ ਦੇ ਵਿੱਚ ਦੁਬਾਰਾ ਤੋਂ 2011-12 ਤੱਕ ਟੌਪ ਦਾ ਸੈਕਿੰਡ ਟਰੈਕਟਰ ਕੰਪਨੀ ਬਣਦਾ ਹੈਗਾ ਔਰ ਜਿਹੜਾ ਇਹਨਾਂ ਦਾ ਪ੍ਰੋਫਿਟ ਹੈ ਉਹ 4 ਸਾਲਾਂ ਦੇ ਵਿੱਚ 6 ਗੁਣਾ ਵੱਧ ਜਾਂਦਾ ਤੇ ਜਿਹੜਾ ਰੈਵਨਿਊ ਹੈ ਉਹ 3 ਗੁਣਾ ਵੱਧ ਜਾਂਦਾ ਸਿਰਫ ਔਰ ਸਿਰਫ ਇੱਥੇ ਆਪਣੇ ਸਾਹਮਣੇ ਇੱਕ ਐਗਜ਼ਾਮਪਲ ਕਿਉਂ ਹੈਗੀ ਆ ਇਹ ਐਗਜ਼ਾਮਪਲ ਮੈਂ ਤੁਹਾਡੇਗੇ ਕਿਉਂ ਰੱਖਿਆ ਕਿ ਸਿਰਫ ਵਿਜ਼ਨ ਔਰ ਮਿਸ਼ਨ ਦੇਣ ਦੇ ਨਾਲ ਇੱਕ ਅਦਾਰਾ ਮਹਿੰਦਰਾ ਐਂਡ ਮਹਿੰਦਰਾ ਨੇ ਜਦੋਂ ਟੇਕਓਵਰ ਕੀਤਾ ਤਾਂ ਇੱਕ ਐਪੀਟਮੀ ਆਫ ਸਕਸੈਸ ਬਣਾ ਕੇ ਆਪਣੇ ਸਾਹਮਣੇ ਰੱਖਿਆ ਹੈਗਾ ਅੱਜ ਵੀ ਬ੍ਰਾਂਡ ਸਵਰਾਜ ਉਨਾ ਹੀ ਕਾਮਯਾਬ ਹੈਗਾ ਸੋ ਇਹ ਪੀਐਸਯੂਸ ਪੰਜਾਬ ਦੇ ਕਿਉਂ ਲੈਕਿੰਗ ਨੇ ਕਿਉਂ ਬੈਟਰ ਪਰਫਾਰਮ ਨਹੀਂ ਕਰ ਰਹੇ ਹੈਗੇ ਔਰ ਕਿਉਂ ਘਾਟੇ 'ਚ ਚੱਲ ਰਹੇ ਨੇ ਇਹਦੇ ਤੇ ਥੋਰੋ ਰਿਸਰਚ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਆ ਆਪਣੀ ਕੋਈ ਵੀ ਕਮੇਟੀ ਬਣਾ ਕੇ ਇੱਕ ਜਾਣੇ ਦੀ ਦੋ ਜਾਣੇ ਦੀ ਚਾਰ ਜਾਣਿਆਂ ਦੀ ਕਿ ਇਹ ਅਦਾਰਿਆਂ ਦੇ ਵਿੱਚ ਮੇਨ ਪ੍ਰੋਬਲਮ ਕੀ ਹੈ ਉਸ ਪ੍ਰੋਬਲਮ ਨੂੰ ਆਇਡੈਂਟੀਫਾਈ ਕਰਨ ਦੀ ਜ਼ਰੂਰਤ ਹੈ ਥੈਂਕ ਯੂ ਸੋ ਮਚ ਫॉर ਵਾਚਿੰਗ